ਵੱਡਾ ਹੋਸਟਲ ਲੱਗੀ ਸਰਾਲੀ। ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ ਦੀ ਪੂਰੀ ਟੀਮ ਅੱਜ ਚੋਲਾ ਸਾਹਿਬ ਪਹੁੰਚੀ ਹੋਈ ਆ। ਜਿਹੜਾ ਕੱਪ ਕਬੱਡੀ ਦਾ ਬਹੁਤ ਇੰਟਰਨੈਸ਼ਨਲ ਲੈਵਲ 'ਤੇ ਹੋ ਰਿਹਾ ਇੱਥੇ, ਉਹ ਆਲਰੇਡੀ ਆਖਰੀ ਪੜਾਵਾਂ 'ਤੇ ਆ। ਇੱਕ ਸੈਮੀਫਾਈਨਲ ਮੈਚ ਰਹੇਗਾ, ਉਸ ਤੋਂ ਬਾਅਦ ਫਾਈਨਲ ਮੈਚ ਹੋਵੇਗਾ। ਸੁਖਜੀਤ ਕੌਰ ਮਾਤਾ ਜੀ ਸਾਡੇ, ਜੋ ਕਿ ਸੁਖਮਨ ਦੇ ਮਾਤਾ ਜੀ, ਅਰਸ਼ ਦੇ ਮਾਤਾ ਜੀ ਸਾਡੇ ਨਾਲ ਖੜ੍ਹੇ ਨੇ ਅੱਜ, ਔਰ ਪਹਿਲੀ ਵਾਰੀ ਉਹਨਾਂ ਨੂੰ ਮੈਂ ਮਿਲਿਆ। ਉਹਨਾਂ ਦੀ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਮਾਤਾ ਜੀ, ਤੁਹਾਡਾ ਸਵਾਗਤ ਹੈ ਟੀਮ ਪੰਜਾਬੀ 'ਤੇ। ਥੈਂਕ ਯੂ ਲੱਕੀ ਸਰ। ਮਾਤਾ ਜੀ, ਅੱਜ ਸੁਖਮਨ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹੋ ਰਿਹਾ, ਬੜਾ ਔਖਾ ਲੱਗਦਾ ਤੁਹਾਨੂੰ ਵੀ, ਤੁਸੀਂ ਆਏ ਹੋ, ਪਰ ਉਹ ਆਪਣਾ ਨਾਂ ਕਬੱਡੀ ਜੱਗ ਦੇ ਵਿੱਚ ਇੱਕ ਸੁਨਹਿਰੀ ਅੱਖਰਾਂ 'ਚੋਂ ਲਿਖਾ ਗਿਆ, ਕੀ ਕਹਿਣਾ ਚਾਹੁੰਦੇ ਹੋ ਆਪਣੇ ਬੱਚੇ ਲਈ? ਮੈਨੂੰ ਮਾਣ ਸੀ ਆਪਣੇ ਪੁੱਤ 'ਤੇ ਬਹੁਤ ਜ਼ਿਆਦਾ, ਜਿਹੜਾ ਸਾਨੂੰ ਛੱਡ ਕੇ ਚਲੇ ਗਿਆ। ਉਹ ਤਾਂ ਘਾਟਾ ਤਾਂ ਪੂਰਾ ਨਹੀਂ ਹੋਣਾ, ਪਰ ਕਬੱਡੀ ਜਗਤ ਜਿਹੜਾ ਉਹਨੂੰ ਬਹੁਤ ਪਿਆਰ ਕਰਦਾ ਅਤੇ ਕਰਦਾ ਰਹੂਗਾ। ਕੀ ਬਾਤ ਹੈ ਜੀ, ਬੜਾ ਸੋਗ ਦੀ ਲਹਿਰ ਫੈਲ ਗਈ ਸਾਰੀ ਦੁਨੀਆ ਦੇ ਵਿੱਚ। ਔਰ ਮਾਤਾ ਜੀ, ਅੱਜ ਕਿਹੋ ਜਿਹਾ ਲੱਗ ਰਿਹਾ ਜਦੋਂ ਅਰਸ਼ ਖੇਡਦਾ ਗਰਾਊਂਡਾਂ 'ਚ, ਔਰ ਜਿਹੜੇ ਉਹਨਾਂ ਦੇ ਚਾਅ ਸੀ, ਉਹਨਾਂ ਦੇ ਭਰਾ ਦੇ ਚਾਅ ਸੀਗੇ ਸੁਖਮਨ ਦੇ, ਉਹ ਪੂਰੇ ਕਰ ਰਿਹਾ? ਅਰਸ਼ ਬਹੁਤ ਟੌਪ ਦਾ, ਦੁਨੀਆ ਦਾ ਮਹਾਨ ਜਾਫੀ, ਔਰ ਉਹਦੇ ਨਾਲ ਨਾਲ ਟੋਰਾਂਟੋ ਵੀ ਉਹ ਬੈਸਟ ਬਣਿਆ। ਅੱਜ ਕਿਹੋ ਜਿਹਾ ਲੱਗ ਰਿਹਾ ਮੇਲੇ 'ਤੇ? ਭਾਜੀ, ਲੱਗ ਤਾਂ ਬਹੁਤ ਵਧੀਆ ਰਿਹਾ, ਪਰ ਅਸੀਂ ਸੁਖਮਨ ਨੂੰ ਬਹੁਤ ਮਿਸ ਕਰ ਰਹੇ ਹਾਂ ਅਤੇ ਉਹਦੀ ਘਾਟ ਜਿਹੜੀ ਉਹ ਪੂਰੀ ਨਹੀਂ ਹੋਊਗੀ। ਅਸੀਂ ਅਰਸ਼ ਦੇ ਵਿੱਚੋਂ ਹੀ ਹੁਣ ਸੁਖਮਨ ਨੂੰ ਵੇਖਾਂਗੇ। ਬਿਲਕੁਲ ਜੀ, ਸੁਖਮਨ ਦਾ ਨਾਂ ਵੀ ਅਰਸ਼ ਜਿਹੜਾ ਦੇ ਨਾਲ ਜੋੜਿਆ ਗਿਆ ਆ। ਸੁਖਮਨ ਅਰਸ਼ ਚੋਲਾ ਸਾਹਿਬ ਹਮੇਸ਼ਾ ਯਾਦ ਕਰਦੇ, ਉਹਨਾਂ ਨੇ ਟੈਟੂ ਵੀ ਕਰਾਇਆ ਆਪਣੇ ਚੈਸਟ ਦੇ ਉੱਤੇ ਭਰਾ ਦਾ। ਅੱਛਾ ਮਾਤਾ ਜੀ, ਅੱਜ ਉਹਨਾਂ ਦਾ ਮਾਨ ਸਨਮਾਨ ਹੋ ਰਿਹਾ ਸਕੋਰਪੀਓ ਗੱਡੀ ਦੇ ਨਾਲ ਅਤੇ ਨਾਲ ਮੋਟਰਸਾਈਕਲ ਦੇ ਨਾਲ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਬਹੁਤ ਖੁਸ਼ੀ ਦੀ ਗੱਲ ਆ ਕਿ ਅਰਸ਼ ਨੂੰ ਗੱਡੀ ਮਿਲ ਰਹੀ ਆ, ਪਰ ਜੇ ਸੁਖਮਨ ਨਾਲ ਹੁੰਦਾ ਤੇ ਖੁਸ਼ੀ ਜਿਹੜੀ ਆ ਹੋਰ ਦੁੱਗਣੀ ਹੋਣੀ। ਉਹਦਾ ਕਰਕੇ ਅਸੀਂ ਉਹਨੂੰ ਬਹੁਤ ਮਿਸ ਕਰ ਰਹੇ ਹਾਂ। ਬੜੀ ਦੀ ਖੁਸ਼ੀ ਦੀ ਗੱਲ ਆ ਕਿ ਜਿਹੜੇ ਪ੍ਰਮੋਟਰ ਵੀਰ ਆ ਉਹ ਮੇਰੇ ਬੇਟੇ ਨੂੰ ਇਹ ਮਾਣ ਦੇ ਰਹੇ ਆ, ਪਰ ਇੱਕੋ ਘਾਟ ਆ ਜਿਹੜੀ ਉਹ ਪੂਰੀ ਨਹੀਂ ਕਰ ਸਕਦੇ। ਅੱਛਾ ਮਾਤਾ ਜੀ, ਇੱਕ ਮੇਰਾ ਜ਼ਰੂਰ ਕੁਐਸਚਨ ਰਹੂਗਾ, ਜਦੋਂ ਘਰੋਂ ਗਿਆ ਸੀਗਾ ਸੁਖਮਨ, ਤੁਹਾਨੂੰ ਮਿਲ ਕੇ ਗਏ ਨੇ ਸ਼ਾਮ ਨੂੰ? ਹਾਂਜੀ ਹਾਂਜੀ, ਮੇਰੇ ਕੋਲ ਰੋਟੀ ਖਾ ਕੇ ਫੇਰ ਗਿਆ ਸੀ, ਕਹਿ ਕੇ ਵੀ ਗਿਆ ਕਿ ਜਦੋਂ ਮੈਂ ਗੱਡੀ ਲੈ ਕੇ ਵਾਪਸ ਆਊਂਗਾ ਤੇ ਤੁਸੀਂ ਡੇਕ ਬਣਾ ਕੇ ਗੁਰਦੁਆਰਾ ਸਾਹਿਬ ਲੈ ਕੇ ਆਉਣੀ ਆ, ਮੈਂ ਉੱਥੇ ਆਊਂਗਾ ਸਿੱਧਾ। 8 ਵਜੇ ਮੇਰੀ ਫੋਨ ਤੇ ਗੱਲ ਵੀ ਹੋਈ ਆ ਕਿ ਮੈਂ ਵੀ ਮੰਮੀ ਆ ਜਾਣ ਲੱਗਾ, ਕੱਲ ਨੂੰ ਗੱਡੀ ਮਿਲਣੀ ਆ, ਏਸੀ ਨਹੀਂ ਚੱਲਿਆ ਗੱਡੀ ਦਾ, ਤੇ ਬਾਅਦ ਵਿੱਚ 10 ਵਜੇ ਤੋਂ ਬਾਅਦ ਫੋਨ ਨਹੀਂ ਚੱਕਿਆ ਫੋਨ ਉਹਦਾ, ਕਿਤੇ ਉਹ ਜਿੱਥੇ ਉਹਨੂੰ ਅਟੈਕ ਹੋਇਆ ਉੱਥੇ ਡਿੱਗ ਗਿਆ ਸੀ। ਬਾਅਦ ਵਿੱਚ ਮੇਰੀ ਗੱਲ ਨਹੀਂ ਹੋਈ, ਬਾਅਦ 12 ਵਜੇ ਫਿਰ ਫੋਨ ਆਇਆ ਉਹਨਾਂ ਦਾ ਤੇ ਫਿਰ ਸਾਨੂੰ ਪਤਾ ਲੱਗਾ। ਜੀ ਜੀ ਹਾਂਜੀ ਜੀ, ਮਾਤਾ ਜੀ ਉਹ ਨਹੀਂ ਰਹੇ, ਪਰ ਅਰਸ਼ ਸਾਡਾ ਵੀਰ, ਔਰ ਨਾਲ ਦੀ ਨਾਲ ਤੁਸੀਂ ਔਰ ਅਸੀਂ ਸਾਰੇ ਰਲ ਕੇ ਉਹਨਾਂ ਦਾ ਨਾਂ ਜਿੰਦਾ ਰੱਖਾਂਗੇ ਜੀ ਦੁਨੀਆ 'ਤੇ। ਅੱਜ ਉਹਨਾਂ ਦਾ ਹੀ ਜਿਹੜਾ ਕੀਤਾ ਹੋਇਆ, ਉਹ ਜਿੰਨੀ ਤਕੜੀ ਕਬੱਡੀ ਖੇਡੀ ਆ ਉਹਦਾ ਹੀ ਕੀਤਾ ਹੋਇਆ ਇਹ ਸਾਰਾ, ਅੱਜ ਉਹਦੇ ਨਾਂ 'ਤੇ ਸਮਰਪਿਤ ਟੂਰਨਾਮੈਂਟ ਆ। ਤੁਹਾਨੂੰ ਮਾਣ ਆ ਆਪਣੇ ਬੱਚਿਆਂ 'ਤੇ? ਹਾਂਜੀ ਹਾਂਜੀ, ਬਹੁਤ ਮਾਣ ਆ ਜੀ, ਬਹੁਤ ਜ਼ਿਆਦਾ ਮਾਣ ਸੀ, ਅਤੇ ਇਹ ਜਿੰਨੀ ਵੀ ਪ੍ਰਾਪਤੀ ਮਿਲੀ ਆ ਇਹ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਦੇ, ਅਸੀਂ ਵਿਸ਼ਵਾਸ ਰੱਖਦੇ ਹਾਂ ਉਹਨਾਂ ਦੇ ਦਰ 'ਤੇ ਜਾਂਦੇ ਹੀ, ਇਹ ਜੋ ਵੀ ਕੁਛ ਦਿੱਤਾ ਉਸ ਵਾਹਿਗੁਰੂ ਨੇ ਦਿੱਤਾ, ਅਸੀਂ ਹੁਣ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ ਕਿ ਉਹਨੇ ਐਡੀ ਵੱਡੀ ਪ੍ਰਾਪਤੀ ਦੇ ਮੇਰੇ ਬੇਟਿਆਂ ਨੂੰ ਪਹੁੰਚਾਇਆ ਸੀ। ਬਸ ਇੱਕੋ ਹੀ ਘਾਟ ਪੈ ਗਈ ਜਿਹੜੀ ਉਹ ਪਰਮਾਤਮਾ ਪੂਰੀ ਨਹੀਂ ਕਰ ਸਕਦਾ, ਹੋਰ ਤਾਂ ਸਭ ਕੁਛ ਦਿੱਤਾ ਭਾਈ ਜੀ। ਬਿਲਕੁਲ, ਔਰ ਇਹ ਪਰਮਾਤਮਾ ਦੇ ਰੰਗਿਆਂ, ਮਾਤਾ ਜੀ ਅਸੀਂ ਤੁਹਾਡੇ ਨਾਲ ਆ, ਕਬੱਡੀ ਜਗਤ ਤੁਹਾਡੇ ਨਾਲ ਆ, ਤੁਹਾਨੂੰ ਹੌਸਲਾ ਦੇਣ ਲਈ ਇਸੇ ਕਰਕੇ ਤੁਸੀਂ ਅੱਜ ਟੂਰਨਾਮੈਂਟ 'ਤੇ ਬੈਠੇ ਹੋ, ਵੱਡਾ ਜਿਗਰਾ ਕਰਕੇ ਮੈਚ ਦੇਖ ਰਹੇ ਹੋ। ਹੋਰ ਜਿੰਨੇ ਵੀ ਤੁਹਾਨੂੰ ਪਿਆਰ ਕਰਨ ਵਾਲੇ ਅਰਸ਼ ਨੂੰ, ਸੁਖਮਨ ਨੂੰ, ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ? ਅਸੀਂ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਡੇ ਬੱਚਿਆਂ ਨੂੰ ਇੰਨਾ ਪਿਆਰ ਕਰਦੇ ਆ, ਉਹਨਾਂ ਦੇ ਪਿਆਰ ਦੇ ਸਦਕੇ ਹੀ ਸਾਡੇ ਬੱਚੇ ਜਿਹੜੇ ਆ ਇੱਥੋਂ ਤੱਕ ਪਹੁੰਚੇ ਆ, ਅਤੇ ਮਹਾਰਾਜ ਪਰਮਾਤਮਾ ਅਰਸ਼ ਨੂੰ ਬਹੁਤ ਜ਼ਿਆਦਾ ਤਰੱਕੀ ਦੇਵੇ ਕਿ ਅਸੀਂ ਸੁਖਮਨ ਦਾ ਜਿਹੜਾ ਅਰਸ਼ ਦੇ ਵਿੱਚੋਂ ਵੇਖ ਸਕੀਏ। ਕੀ ਬਾਤ ਹੈ ਜੀ, ਸੁਖਮਨ ਅਰਸ਼ ਇੱਕ ਹੀ ਆ ਜੀ ਹੁਣ, ਅਤੇ ਅਰਸ਼ ਵਿੱਚ ਹੀ ਸੁਖਮਨ ਨੂੰ ਸਾਰੀ ਦੁਨੀਆ ਲੱਭਦੀ ਆ ਔਰ ਦੇਖਦੀ ਆ। ਤੁਹਾਡਾ ਬਹੁਤ ਬਹੁਤ ਥੈਂਕ ਯੂ ਮਾਤਾ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਧੰਨਵਾਦ। ਇਹ ਜੀ ਸਨ ਜੀ ਅਰਸ਼ ਦੇ ਮਾਤਾ ਜੀ, ਸੁਖਮਨ ਦੇ ਮਾਤਾ ਜੀ। ਕੋਸ਼ਿਸ਼ ਕਰੂੰਗਾ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਇੰਟਰਵਿਊ ਕਰਨ ਦੀ। ਆਓ ਜੁੜਦੇ ਹਾਂ ਹੁਣ ਗਰਾਊਂਡ ਨਾਲ। ਥੈਂਕ ਯੂ ਜੀ।